ਆਦਮੀ ਪਾਰਟੀ ਦਾ ਕਾਟੋ ਕਲੇਸ਼ ਹਲੇ ਖਤਮ ਨਹੀਂ ਹੋਇਆ ਕਿ ਸੁਖਪਾਲ ਖਹਿਰਾ ਲਗਾਤਾਰ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੇ ਨੇ। ਮਹਿਲ ਕਲਾਂ ਵਿੱਚ ਖਹਿਰਾ ਨੇ ਆਪਣੀ ਭੜਾਸ ਕੱਢਦਿਆਂ ਕੀ ਕੁਝ ਕਿਹਾ, ਤੁਸੀਂ ਵੀ ਸੁਣੋ ਖਹਿਰਾ ਦੀਆਂ ਖਾਸ ਗੱਲਾਂ। ਬਿਲਕੁਲ ਨਹੀਂ, ਖਹਿਰਾ ਕੋਈ ਚੀਜ਼ ਨਹੀਂ ਇੱਥੇ। ਖਹਿਰੇ ਨੇ ਸਿਰਫ ਜੋ ਮੈਨੂੰ ਤੁਸੀਂ ਲੋਕਾਂ ਨੇ ਰਿਸਪੋਂਸੀਬਿਲਿਟੀ ਦਿੱਤੀ ਸੀ ਐਜ਼ ਵਿਰੋਧੀ ਧਿਰ ਦੇ ਲੀਡਰ ਦੀ ਚੌਕੀਦਾਰ ਦੀ, ਉਹ ਮੈਂ ਜਿਹੜੀ ਇੱਕ ਸਾਲ ਆਪਣੀ ਡਿਊਟੀ, ਲੋਕਾਂ ਨੇ ਕੰਮ ਦੀ ਕਦਰ ਕੀਤੀ ਹੈ ਕਿ ਅਸੀਂ ਆਪਣਾ ਪਾਣੀ ਦੀ ਪ੍ਰੋਟੈਕਟ, ਸਾਡਾ ਤਾਂ ਅੱਗੇ ਕਿਸਾਨ ਮਰ ਗਿਆ, ਲੁੱਟ ਗਿਆ, ਆਤਮ ਹੱਤਿਆ ਹੋ ਰਹੀਆਂ, ਵੀ ਕੈਨੋਟ ਅਫੋਰਡ ਟੂ ਗਿਵ, ਭਾਵਾਂ ਸੁਪਰੀਮ ਕੋਰਟ ਵੀ ਫੈਸਲਾ ਉਲਟ ਦਊਗੀ ਸਾਡੇ, ਅਸੀਂ ਨਹੀਂ ਮੰਨਣਾ ਉਹ। ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਲੜਨ ਦਾ ਅਧਿਕਾਰ ਨਹੀਂ ਗਾ, ਇਸ ਲਈ ਅਸੀਂ ਅਟੋਰਨੀ ਨੂੰ ਮੰਗਦੇ, ਦਿਸ ਇਜ਼ ਨੋ ਫਾਈਟ ਬਿਟਵੀਨ ਮਾਨ ਐਂਡ ਖਹਿਰਾ। ਕਿੰਨਿਆਂ ਨੂੰ ਕੱਢਣਗੇ? ਖਹਿਰਾ ਕੱਢ ਦੇਣਗੇ, ਸੰਧੂ ਕੱਢ ਦੇਣਗੇ, ਕਿੰਨਿਆਂ ਲੋਕਾਂ ਨੂੰ ਕੱਢ ਦੇਣਗੇ ਸਾਰੇ ਪਿੰਡਾਂ? ਲੇਕਿਨ ਸੁਖਪਾਲ ਸਿੰਘ ਖਹਿਰਾ ਉਸ ਅਹੁਦੇ ਨੂੰ ਨਹੀਂ ਲਵੇਗਾ, ਨਹੀਂ ਲਵੇਗਾ, ਨਹੀਂ ਲਵੇਗਾ। ਔਰ ਇੱਦਾਂ ਦੇ 100 ਅਹੁਦੇ ਵਾਰੂੰਗਾ ਮੈਂ ਪੰਜਾਬ ਦੇ ਉੱਤੇ ਜਿੱਥੇ ਪੰਜਾਬ ਦੀ ਗੱਲ ਆ ਗਈ। ਸੁਖਬੀਰ ਬਾਦਲ ਨੂੰ ਵੀ ਮਾਤ ਦਿੱਤੀ, ਉਹ SGPC ਦਾ ਪ੍ਰਧਾਨ ਦਾ ਨਾਮ ਲਿਫਾਫੇ 'ਚੋਂ ਕੱਢਦਾ ਵਾ, ਇਹਦਾ ਮਤਲਬ ਅਸੀਂ ਸੁਖਬੀਰ ਤੋਂ ਵੀ ਟੱਪ ਗਏ ਹਾਂ, ਅਸੀਂ ਉਹਦਾ ਮਜ਼ਾਕ ਉਡਾਉਂਦੇ ਸੀਗੇ। ਖਹਿਰੇ ਨੂੰ ਕੇਜਰੀਵਾਲ ਨੇ ਮਿਨਟ ਤੋਂ ਨਾ ਕਰਕੇ, ਆਹ ਜਿਹੜੇ ਪੰਜਾਬ ਦੇ ਬਨੌਟੀ ਲੀਡਰ ਹਨ, ਇਹਨਾਂ ਦਾ ਕੰਮ ਹੀ ਇਹ ਹੈ, ਚੂਲੀਆਂ ਤੋਂ ਇਲਾਵਾ ਇਹਨਾਂ ਨੇ ਕੁਛ ਨਹੀਂ ਕੀਤਾ। ਪੰਜਾਬ ਦੇ ਲੋਕਾਂ ਦੀ ਲੜਾਈ ਨਹੀਂ ਲੜੀ, GST ਨੇ ਸਾਡੀ ਸਾਰੀ ਆਰਥਿਕ ਖੁਦਮੁਖਤਿਆਰੀ ਖੋਲ੍ਹੀ ਸਨ, ਟੋਟਲ ਸਕੀਮਾਂ, ਟੋਟਲ ਪੈਸਾ ਦਿੱਲੀਓਂ ਆ ਰਿਹਾ ਅਤੇ ਪੰਜਾਬ ਤਾਂ ਮਿਊਂਸੀਪੈਲਟੀ ਬਣ ਗਈ ਹੈ। ਤਾਂ ਹੀ ਉਹ ਮਨਪ੍ਰੀਤ ਸਿੰਘ ਬਾਦਲ ਰੋਜ਼ ਰੋਂਦੇ ਨੇ, ਅਮਰਿੰਦਰ ਸਿੰਘ ਦਾ ਪੈਸਾ ਹੀ ਹੈ ਨਹੀਂ, ਪੈਸਾ ਕਿੱਥੋਂ ਆਊਗਾ ਜੇ ਸਾਡੇ ਕੋਲ ਖੁਦਮੁਖਤਿਆਰੀ ਹੈ ਨਹੀਂ। ਵਿਰੋਧੀ ਧਿਰ ਦੇ ਲੀਡਰ ਨੂੰ ਹਟਾਉਣ ਦੇ ਪਿੱਛੇ ਕਾਂਗਰਸ ਦੀ ਸ਼ਰਤ ਸੀਗੀ, ਕਿਉਂਕਿ ਕਾਂਗਰਸ ਦੇ ਨਾਲ ਸੰਧੀ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਰ ਰਹੀ ਹੈ ਭਗਵੰਤ ਸਿੰਘ ਮਾਨ, ਔਰ ਦਿੱਲੀ ਦੇ ਲੀਡਰਸ਼ਿਪ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ, ਕਿਉਂਕਿ ਮਈ 'ਚ ਵੀ ਗੱਲ ਆ ਜਾਣੀ ਅਤੇ ਦਸੰਬਰ 'ਚ ਇਲੈਕਸ਼ਨ ਆ ਗਈ ਅਤੇ ਨਵੰਬਰ 'ਚ ਵੀ ਆ ਜਾਣੀ ਹੈ। ਦੱਸਣ ਲੋਕਾਂ ਨੂੰ ਕਿ ਕੀ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤਾ ਹੋਇਆ, ਅਗਰ ਜੇ ਹੋਇਆ ਵਾ ਕਿੰਨੀਆਂ ਸੀਟਾਂ ਨੇ, ਅਗਰ ਫਰਜ਼ ਕਰੋ 2 ਸੀਟਾਂ ਨੇ, ਕਿਉਂਕਿ ਜਿਹੜਾ ਸੁਣ ਰਹੇ ਹਾਂ ਅਸੀਂ 2 ਸੀਟਾਂ ਤੋਂ, ਇਹਦਾ ਮਤਲਬ 11 ਸੀਟਾਂ ਦੇ ਉੱਤੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪੰਜੇ ਦਾ ਬਟਨ ਦਬਾਉਣਗੇ। ਤਾਂ ਸ਼ਾਹਕੋਟ ਜਿੰਨੀ ਚੋਣ ਆਈ, ਅਸੀਂ ਮੈਂ ਬਹੁਤ ਪੱਖ ਰੱਖਿਆ, ਮਨੀਸ਼ ਸਿਸੋਦੀਆ ਨੂੰ ਵੀ ਸਮਝਾਇਆ, ਡਾਕਟਰ ਨੂੰ ਵੀ ਸਮਝਾਇਆ ਕਿ ਮਤ ਲੜੋ, ਆਪਾਂ ਪਹਿਲਾਂ ਆਪਣੇ ਢਾਂਚੇ ਨੂੰ ਮਜ਼ਬੂਤ ਕਰ ਲਈਏ, ਸਟਰੋਂਗ ਕਰ ਲਈਏ, ਵਰਨਾ ਤੁਸੀਂ ਹਾਰੋਗੇ ਪੂਰੀ ਤਰ੍ਹਾਂ। ਔਰ ਸ਼ਰਮਨਾਕ ਹਾਰ, ਮਤਲਬ 1900 ਵੋਟ ਦਾ ਮਾਲਵੇ ਦੇ ਵੱਡੇ ਪਿੰਡ ਵਿੱਚ ਇੱਕ ਪੰਚ ਲੈ ਜਾਂਦਾ ਹੈ, ਨੌਬਤ ਇੱਥੇ ਆ ਗਈ ਸੀ। ਹੁਣ ਤੁਸੀਂ ਮੈਨੂੰ ਦੱਸੋ ਕਿ ਉਹ ਗਰਾਊਂਡ ਰਿਐਲਿਟੀ ਠੀਕ ਸੀਗੀ ਜਾਂ ਜੋ ਅਸੀਂ ਇਹ ਝੰਡਾ ਚੁੱਕਿਆ ਇੱਕ ਪੰਜਾਬ 'ਚ, ਪੰਜਾਬ ਦੇ ਚਲੋ ਖੁਦਮੁਖਤਿਆਰੀ ਦੀ ਗੱਲ ਹੀ ਕਰਦੇ ਪਹਿਲਾਂ, ਅਸੀਂ ਬਠਿੰਡੇ ਇਕੱਠੇ ਕੀਤੇ, ਵੱਡਾ ਇਕੱਠ ਹੋਇਆ ਉੱਥੇ, ਪੰਜਾਬ ਦੇ ਮਤੇ ਪਾਸ ਕੀਤੇ ਗਏ। ਉਸ ਇਕੱਠ ਤੋਂ ਬਾਅਦ ਅਸੀਂ ਕੱਲ੍ਹ ਜ਼ਿਲ੍ਹਾ ਪੱਧਰੀ ਕਾਨਫਰੰਸ ਸ਼ੁਰੂ ਕਰਤੀ ਆ ਗੜਸ਼ੰਕਰ ਵਿੱਚ, 5000 ਤੋਂ ਉੱਤੇ ਜ਼ਿਲ੍ਹਾ ਪੱਧਰੀ ਕਾਨਫਰੰਸ ਵਿੱਚ ਲੋਕ ਇਕੱਠੇ ਹੋਏ। ਗਰਮੀ ਦੀ ਰੁੱਤ ਆ, ਇਹਨਾਂ ਦਿਨਾਂ ਵਿੱਚ ਕੋਈ ਪੋਲੀਟੀਕਲ ਐਕਟੀਵਿਟੀ ਨਾ ਕਾਂਗਰਸ ਦੀ ਨਾ ਅਕਾਲੀ ਦਲ ਦੀ ਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਆਹ ਜਿਹੜਾ ਅਸੀਂ ਇੱਕ ਇਸ਼ੂ ਉਠਾਇਆ ਇਹਦੇ ਨਾਲ ਪਾਰਟੀ ਮਜ਼ਬੂਤੀ ਵੱਲ ਵੱਧ ਰਹੀ ਹੈ? ਬਿਲਕੁਲ ਨਹੀਂ, ਖਹਿਰਾ ਕੋਈ ਚੀਜ਼ ਨਹੀਂ ਇੱਥੇ। ਖਹਿਰੇ ਨੇ ਸਿਰਫ ਜੋ ਮੈਨੂੰ ਤੁਸੀਂ ਲੋਕਾਂ ਨੇ ਰਿਸਪੋਂਸੀਬਿਲਿਟੀ ਦਿੱਤੀ ਸੀ ਐਜ਼ ਵਿਰੋਧੀ ਧਿਰ ਦੇ ਲੀਡਰ ਦੀ ਚੌਕੀਦਾਰ ਦੀ, ਉਹ ਮੈਂ ਜਿਹੜੀ ਇੱਕ ਸਾਲ ਆਪਣੀ ਡਿਊਟੀ, ਲੋਕਾਂ ਨੇ ਕੰਮ ਦੀ ਕਦਰ ਕੀਤੀ ਹੈ। ਖਹਿਰਾ ਇਜ਼ ਨਥਿੰਗ, ਖਹਿਰੇ ਤਾਂ ਇੱਥੇ 1000 ਫਿਰਦੇ ਨੇ, ਮੇਰੇ ਨਾਲ ਬਿਹਤਰ ਪੜ੍ਹੇ ਲਿਖੇ, ਮੇਰੇ ਨਾਲ ਬਿਹਤਰ ਬੁਲਾਰੇ ਬਹੁਤ ਲੋਕ ਫਿਰਦੇ ਨੇ। ਆਈ ਡੋਂਟ ਕੰਸਿਡਰ ਮਾਈ ਸੈਲਫ ਐਨੀਥਿੰਗ ਐਟ ਆਲ। ਇਹ ਇਸ਼ੂ ਬੇਸਡ ਜਿਹੜਾ ਇੱਕ ਕੰਮ ਸ਼ੁਰੂ ਕੀਤਾ, ਔਰ ਇਹ ਨੌਬਤ ਇਸ ਲਈ ਆਈ ਕਿ ਅਸੀਂ ਨਾ ਕਾਫੀ ਸਬਰ ਕਰ ਲਿਆ, ਮਤਲਬ ਇਲੈਕਸ਼ਨ ਵੀ ਹਾਰ ਗਈ, ਜਿਹੜੀ ਜਿੱਤੀ ਹੋਈ ਇਲੈਕਸ਼ਨ ਹਾਰੀ ਆ ਉਹਨਾਂ ਦੇ, ਜਿਹਨੂੰ ਕਹਿੰਦੇ ਕਿ ਆਪ ਮਤਲਬ ਜਿਹੜਾ ਉਹਨਾਂ ਨੇ ਆਪੇ ਆਟੋਕ੍ਰੈਟਿਕ ਤਰੀਕੇ ਨਾਲ ਫੈਸਲੇ ਲੈਣ ਲੱਗੇ, ਫਿਰ ਅਸੀਂ ਸਹਾਰਦੇ ਰਹੇ।
ਇੱਕ ਨੂੰ ਕੱਢ, ਦੋ ਨੂੰ ਕੱਢ, ਤਿੰਨ ਨੂੰ ਕੱਢ, ਚਾਰ ਨੂੰ ਕੱਢ, ਕਿੰਨੇ ਕੱਢਣੇ ਸੀ ਅਲਟੀਮੇਟਲੀ? ਇੱਕ ਮਿੰਟ ਅਲਟੀਮੇਟਲੀ ਕਿਤੇ ਨਾ ਕਿਤੇ ਤਾਂ ਪੰਜਾਬ 'ਚ ਲੋਕਾਂ ਨੇ ਖੜੇ ਹੋਣਾ। ਅਸੀਂ ਮੰਗ ਕੀ ਰਹੇ ਹਾਂ? ਅਸੀਂ ਸਿਰਫ ਮੰਗਦੇ ਹਾਂ ਕਿ ਸਾਨੂੰ ਪੰਜਾਬ ਨੂੰ ਖੁਦ ਮੁਖਤਿਆਰੀ ਦੇ ਦਿਓ, ਅਸੀਂ ਆਪਣੇ ਕੰਮ, ਆਪਣੇ ਫੈਸਲੇ ਤਕਦੀਰ ਦੇ ਪੰਜਾਬੀ 'ਚ ਲੈਣ। ਦੇਖੋ ਨਾ, ਕੇਜਰੀਵਾਲ ਸਾਹਿਬ ਨੇ ਹਰਿਆਣੇ ਵਿੱਚ ਸਟੇਟਮੈਂਟ ਦਿੱਤੀ ਕਿ SYL ਦਾ ਪਾਣੀ ਦੋਨਾਂ ਸੂਬਿਆਂ ਨੂੰ ਬਰਾਬਰ ਮਿਲਣਾ ਚਾਹੀਦਾ। ਐਗਜੈਕਟਲੀ ਇਸੇ ਕਰਕੇ ਅਸੀਂ ਅਟੋਨਮੀ ਮੰਗਦੇ ਹਾਂ ਕਿ ਅਸੀਂ ਆਪਣਾ ਪਾਣੀ ਦੀ ਪ੍ਰੋਟੈਕਟ, ਸਾਡਾ ਤਾਂ ਅੱਗੇ ਕਿਸਾਨ ਮਰ ਗਿਆ, ਲੁੱਟ ਗਿਆ, ਆਤਮ ਹੱਤਿਆ ਹੋ ਰਹੀਆਂ, ਵੀ ਕੈਨੋਟ ਅਫੋਰਡ ਟੂ ਗਿਵ। ਭਾਵਾਂ ਸੁਪਰੀਮ ਕੋਰਟ ਵੀ ਫੈਸਲਾ ਉਲਟ ਦਊਗੀ ਸਾਡੇ, ਅਸੀਂ ਨਹੀਂ ਮੰਨਣਾ ਉਹ। ਕਾਵੇਰੀ ਵਾਟਰਸ ਦੇ ਉੱਤੇ ਕਰਨਾਟਕਾ ਅਤੇ ਤਾਮਿਲਨਾਡੂ ਦੇ ਜਿਹੜੇ ਵਿਵਾਦ ਵਿੱਚ, ਕਰਨਾਟਕਾ ਦੀ ਵਿਧਾਨ ਸਭਾ ਨੇ ਸੁਪਰੀਮ ਕੋਰਟ ਦਾ ਫੈਸਲਾ ਉਲਟਾ ਦਿੱਤਾ, ਔਰ ਅਸੀਂ ਆਪਣੇ ਪਾਣੀ ਨੂੰ ਤਾਂ ਹੀ ਬਚਾ ਸਕਦੇ ਜੇ ਸਾਡੇ ਕੋਲ ਅਧਿਕਾਰ ਹੀ ਨਹੀਂ ਗਾ, ਜੇ ਸਾਡੇ ਕੋਲ ਇੱਕ ਜ਼ਿਮਨੀ ਚੋਣ ਲੜਨ ਦਾ ਅਧਿਕਾਰ ਨਹੀਂ ਗਾ। ਕਿਉਂਕਿ ਜਦੋਂ ਡਾਕਟਰ ਨੂੰ ਮੈਂ ਪੁੱਛਿਆ ਕਿ ਆਪਾਂ ਨਾ ਲੜੀਏ, ਕਹਿੰਦੇ ਜੀ ਉੱਤੋਂ ਹੁਕਮ ਹੋ ਗਿਆ। ਸੋ ਦੈਨ ਜੇ ਸਾਡੇ ਕੋਲ ਇੱਕ ਇਲੈਕਸ਼ਨ ਦਾ, ਇੱਕ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਲੜਨ ਦਾ ਅਧਿਕਾਰ ਨਹੀਂ ਗਾ, ਇਸ ਲਈ ਅਸੀਂ ਅਟੋਰਨੀ ਮੰਗਦੇ। ਦਿਸ ਇਜ਼ ਨੋ ਫਾਈਟ ਬਿਟਵੀਨ ਮਾਨ ਐਂਡ ਖਹਿਰਾ। ਦੇਖੋ ਉਹ ਉਹਨਾਂ ਦੀ ਮਰਜ਼ੀ ਜੀ, ਉਹਨਾਂ ਦੇ ਕੋਲ ਜੇ ਉਹ ਕਹਿੰਦੇ ਕਿ ਸਾਡੇ ਕੋਲ ਕੰਟਰੋਲ ਹੈ ਪਾਰਟੀ ਦਾ, ਉਹ ਜੋ ਮਰਜ਼ੀ ਫੈਸਲਾ, ਮੇਰੇ ਖਿਲਾਫ਼ ਮੈਨੂੰ ਕੋਈ ਇਤਰਾਜ਼ ਨਹੀਂ ਗਾ। ਪਰੰਤੂ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਮਾਨ ਸਾਹਿਬ ਨੇ ਸੰਵਿਧਾਨ ਨਹੀਂ ਪੜ੍ਹ ਸਕੇ ਚੰਗੀ ਤਰ੍ਹਾਂ ਨਾਲ। ਉਹ ਕਹਿੰਦੇ ਕਿ ਸਟੇਟ ਵਿੱਚ PAC ਦੀ ਪ੍ਰੋਵਿਜ਼ਨ ਹੈਗੀ ਉਹ ਗਲਤ ਆ, ਉਹਨਾਂ ਕੋਲ ਸੰਵਿਧਾਨ ਪੜ੍ਹੋ। ਹਰ ਸਟੇਟ ਵਿੱਚ ਪੋਲੀਟੀਕਲ ਅਫੇਅਰਸ ਕਮੇਟੀ ਦੀ ਪ੍ਰੋਵਿਜ਼ਨ, ਹਰ ਸਟੇਟ ਦੇ ਵਿੱਚ ਸਟੇਟ ਐਗਜ਼ੈਕਟਿਵ ਕਮੇਟੀ ਦੀ ਪ੍ਰੋਵਿਜ਼ਨ ਹੈ। ਅੱਜ ਕੀ ਹੋ ਰਿਹਾ? ਔਰ ਕੋ ਪ੍ਰੈਜ਼ੀਡੈਂਟ ਦੀ ਕੋਈ ਪ੍ਰੋਵਿਜ਼ਨ ਨਹੀਂ ਸੰਵਿਧਾਨ 'ਚ, ਕੋ ਪ੍ਰੈਜ਼ੀਡੈਂਟ ਦੀ ਪ੍ਰੋਵਿਜ਼ਨ ਨਹੀਂ। ਔਰ ਦੂਜਾ ਅੱਜ ਕੀ ਹੋ ਰਿਹਾ ਕਿ ਨਾ ਤਾਂ ਸਟੇਟ ਐਗਜ਼ੈਕਟਿਵ ਸੀਗੀ, ਆਫਟਰ ਆਲ ਕਿਹੜੀ ਪਾਰਟੀ ਹੈ ਤੁਸੀਂ ਦੱਸੋ ਜਿਹੜੀ ਇੱਕ ਬੰਦੇ ਦੇ ਸਿਰ 'ਤੇ ਚੱਲਦੀ ਹੈ? ਨਾ ਪੋਲੀਟੀਕਲ ਅਫੇਅਰਸ ਕਮੇਟੀ ਸੀਗੀ। ਇਸ ਲਈ ਜੋ ਕੁਛ ਅਸੀਂ ਕੀਤਾ ਸਵਰਾਜ ਸੰਵਿਧਾਨ ਦੇ ਦਾਇਰੇ 'ਚ ਕੀਤਾ, ਨੰਬਰ 1। ਨੰਬਰ 2, ਸਵਰਾਜ ਦੀ ਆਈਡੀਓਲੋਜੀ ਕੀ ਸੀ? ਆਮ ਆਦਮੀ ਪਾਰਟੀ ਦਾ ਮੁੱਢ ਜਿਹੜਾ ਵਾ ਉਹ ਸਵਰਾਜ ਹੈ। ਸਵਰਾਜ ਮੀਨਸ ਪਾਵਰ ਫਰੋਮ ਦਾ ਪੀਪਲ, ਪਾਵਰ ਫਰੋਮ ਦਾ ਪੀਪਲ। ਅਸੀਂ ਜਿਹੜਾ ਬਠਿੰਡੇ ਇਕੱਠ ਕੀਤਾ, ਕੀ ਅਸੀਂ ਲੋਕਾਂ ਤੋਂ ਪ੍ਰਵਾਨਗੀ ਨਹੀਂ ਲਈ? ਦੱਸੋ ਮੈਨੂੰ, ਪਿਛਲੇ 17 ਮਹੀਨਿਆਂ ਵਿੱਚ ਕਿਹੜੀ ਪ੍ਰਵਾਨਗੀ ਲੋਕਾਂ ਤੋਂ ਲਈ ਸੀ ਕਿਸੇ ਨੇ? ਅਸੀਂ ਉਹਦੀ ਪ੍ਰਵਾਨਗੀ ਲੈ ਕੇ ਲੋਕਾਂ ਤੋਂ ਅਤੇ ਫਿਰ ਲੋਕਾਂ ਦੇ ਵਿੱਚ ਦੁਬਾਰਾ ਜਾ ਕੇ ਜ਼ਿਲ੍ਹਾ ਪੱਧਰੀ ਕੰਮ ਸ਼ੁਰੂ ਕਰਾਂਗੇ। ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਗਾ। ਮੈਂ ਤਾਂ ਤੁਹਾਨੂੰ ਦੱਸਿਆ ਵਾ ਕਿੰਨਿਆਂ ਨੂੰ ਕੱਢਣਗੇ, ਖਹਿਰਾ ਕੱਢ ਦੇਣਗੇ, ਸੰਧੂ ਕੱਢ ਦੇਣਗੇ, ਕਿੰਨਿਆਂ ਲੋਕਾਂ ਨੂੰ ਕੱਢ ਦੇਣਗੇ ਸਾਰੇ ਪੰਜਾਬ? ਕੀ ਸਾਡੀ ਦਿੱਲੀ ਦੀ ਕੇਂਦਰੀ ਲੀਡਰਸ਼ਿਪ ਨੂੰ ਲੋਕਾਂ ਦੀ ਭਾਵਨਾ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ? ਜਮਹੂਰੀਅਤ ਵਿੱਚ ਲੋਕ ਮਾਲਕ ਨੇ, ਜੇ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਹੀ ਮੰਨਦੇ ਨਹੀਂ ਅਤੇ ਉਹਦਾ ਸਤਿਕਾਰ ਨਹੀਂ ਕਰਦੇ, ਦੈਨ ਫਿਰ ਆਪਾਂ ਲੋਕਤੰਤਰ ਅਤੇ ਜਮਹੂਰੀ ਕਿਤਰਾਂ ਕੀਮਤਾਂ ਵਿੱਚ ਵਿਸ਼ਵਾਸ ਕਿੱਦਾਂ ਰੱਖਦੇ ਹਾਂ? ਦੱਸੋ ਜੀ, ਸੁਨੇਹਾ ਤੁਹਾਨੂੰ ਦੁਬਾਰੇ ਆ ਜਾਂਦਾ ਜੀ, ਜੇ ਦਿੱਲੀ ਵੱਲੋਂ ਤੁਹਾਨੂੰ ਸੁਨੇਹਾ ਆ ਜਾਂਦਾ ਹੈ ਬੈਠਣ ਦਾ ਕਿ ਇਹ ਮਾਮਲੇ ਸੁਲਝਾਉਣ ਵਾਸਤੇ ਕੇਜਰੀਵਾਲ ਨੇ ਸਾਡੇ ਖਿਲਾਫ਼ ਕੋਈ ਅਜੇ ਕੋਈ ਇਸ ਤਰ੍ਹਾਂ ਐਕਸ਼ਨ ਨਹੀਂ ਲਿਆ, ਜੇ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ ਕਿ ਅਸੀਂ ਜਿੰਨੇ ਸਾਡੇ ਸਤਿਕਾਰਯੋਗ MLA ਜਾਂ ਸਾਡੀ PAC ਬਣੀ ਆ, ਅਸੀਂ ਡੈਮੋਕ੍ਰੈਟਿਕ ਵੈਲਿਊਜ਼ ਵਿੱਚ ਪੂਰਨ ਤੌਰ 'ਤੇ ਵਿਸ਼ਵਾਸ ਰੱਖਦੇ ਹਾਂ, ਗੱਲਬਾਤ ਤੋਂ ਕਦੇ ਨਹੀਂ ਭੱਜਦੇ ਜੀ। ਸਾਨੂੰ ਜਿੱਦਣ ਮਨੀਸ਼ ਸਿਸੋਦੀਆ ਨੇ ਸੱਦਿਆ, ਅਸੀਂ 9 ਵਜੇ ਪਹੁੰਚੇ ਰਾਤ ਨੂੰ ਆਉਂਦੇ, ਅਸੀਂ ਗੱਲ ਕਰਨ ਲਈ ਗਏ ਸੀਗੇ। ਪਰੰਤੂ ਹੁਣ ਇੱਕ ਗੱਲ ਹੈ ਕਿ ਸਾਨੂੰ ਹੁਣ ਬਠਿੰਡੇ ਦੀ ਕਨਵੈਨਸ਼ਨ 'ਚ 50,000 ਵਲੰਟੀਅਰ ਨੇ ਆਥੋਰਾਈਜ਼ ਕੀਤਾ ਵਾ ਕਿ ਪੰਜਾਬ ਦੇ ਭਵਿੱਖ ਦਾ ਫੈਸਲਾ ਪੰਜਾਬ ਦੀ ਧਰਤੀ 'ਤੇ ਹੋਊਗਾ। ਹੁਣ ਉਹ ਜੀ ਆਇਆਂ ਨੂੰ ਇੱਥੇ ਆਣ ਕੇ ਸਾਡੇ ਨਾਲ ਰੋਹਤਕ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਹਜੇ ਪੰਜਾਬ ਦੇ ਪ੍ਰਧਾਨ ਦਾ ਅਤੇ ਉਪ ਪ੍ਰਧਾਨ ਦਾ ਅਹੁਦਾ ਖਾਲੀ ਹੈ, ਇਹ ਗੱਲ ਉਹਨਾਂ ਨੇ ਪ੍ਰਧਾਨ ਲਾਇਆ ਤਾਂ ਹੈਗਾ, ਹੋਰ ਕਿੱਦਾਂ ਹੁੰਦਾ ਤੁਹਾਨੂੰ ਜੇ ਉਹਨਾਂ ਨੇ ਕਿਹਾ ਹੁਣ ਕੇਜਰੀਵਾਲ ਸਾਹਿਬ ਜੇ ਤੁਹਾਨੂੰ ਪ੍ਰਧਾਨਗੀ ਦੀ ਔਫਰ ਆਉਂਦੀ ਹੈ ਫਿਰ ਜੀ ਪੰਜਾਬ ਦਾ ਪ੍ਰਧਾਨ? ਪਹਿਲੀ ਗੱਲ ਤਾਂ ਅੱਧੇ ਪਚੱਧੇ ਇੱਥੋਂ ਕਹਿੰਦੇ ਸੀ ਜੀ ਅਹੁਦੇ ਦੀ ਲੜਾਈ ਹੈ, ਮੈਂ ਤੁਹਾਡੇ ਸਾਹਮਣੇ ਕਲੀਅਰ ਕਰਨਾ ਚਾਹੁੰਦਾ ਕਿ ਲੀਡਰ ਆਫ ਆਪੋਜੀਸ਼ਨ ਦਾ ਅਹੁਦੇ ਦਾ ਮਸਲਾ ਬਹੁਤ ਪਿੱਛੇ ਰਹਿ ਚੁੱਕਾ। ਪੰਜਾਬ ਦੀ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਅਸੀਂ
ਉਸ ਨੂੰ ਉਹਦਾ ਵਿਰੋਧ ਜ਼ਰੂਰ ਕੀਤਾ, ਲੇਕਿਨ ਸੁਖਪਾਲ ਸਿੰਘ ਖਹਿਰਾ ਉਸ ਅਹੁਦੇ ਨੂੰ ਨਹੀਂ ਲਵੇਗਾ। ਔਰ ਇੱਦਾਂ ਦੇ 100 ਅਹੁਦੇ ਵਾਰੂੰਗਾ ਮੈਂ ਪੰਜਾਬ ਦੇ ਉੱਤੇ, ਜਿੱਥੇ ਪੰਜਾਬ ਦੀ ਗੱਲ ਆ ਗਈ। ਰਹਿ ਗਈ ਗੱਲ ਪ੍ਰਧਾਨਗੀ ਦੀ, ਮੈਨੂੰ ਜਿੱਦਣ ਲੋਕ ਬਣਾਉਣਗੇ ਮੈਂ ਬਣੂੰਗਾ। ਮੈਨੂੰ ਜਿੱਦਣ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਹਿਣਗੇ ਕਿ ਹਾਂ ਅੱਜ ਲੋੜ ਆ ਜ਼ਿੰਮੇਵਾਰੀ ਦੀ, ਅਗਵਾਈ ਦੀ ਆ, ਕੁਛ ਤੇਰੀ ਜ਼ਿੰਮੇਵਾਰੀ ਲਾਉਣੀ ਅਸੀਂ ਸਵਰਾਜ। ਮੇਰੀ ਫਿਲਹਾਲ ਅਸੀਂ ਯਾਰ ਕੋਈ ਜਿਹੜੇ ਬੰਦੇ ਸਾਡੇ ਨਾਲ ਨੇ, ਅਸੀਂ ਕੋਈ ਬਹੁਤ ਪਲੈਨਰ ਨੀਗੇ। ਸਾਨੂੰ ਕੋਈ ਬਹੁਤ ਰਾਜਨੀਤਿਕ ਬਹੁਤ ਜਿੱਦਾਂ ਕੋਈ ਡੂੰਘੀ ਡੂੰਘਾਈ 'ਚ ਜਿੱਦਾਂ ਬਾਕੀ ਦੇਸ਼ ਦੇ ਵਿੱਚ ਸਾਜ਼ਿਸ਼ਾਂ ਹੁੰਦੀਆਂ ਅਸੀਂ ਨਹੀਂ ਕਰਦੇ। ਅਸੀਂ ਤਾਂ ਰੋਜ਼ਮਰਾ ਰਾਜਨੀਤੀ ਕਰ ਰਹੇ, ਜਿੱਧਰ ਸਾਨੂੰ ਲੋਕ ਲਈ ਜਾਂਦੇ ਅਸੀਂ ਜਾਈ ਜਾਂਦੇ ਹਾਂ। ਪਰ ਇੱਕ ਗੱਲ ਅੱਛੀ ਤਰ੍ਹਾਂ ਸਮਝ ਲਓ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਾਂ, ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਾਂਗੇ। ਆਮ ਆਦਮੀ ਪਾਰਟੀ ਕਿਸੇ ਇੱਕ ਵਿਅਕਤੀ ਜਾਂ ਇੱਕ ਰਾਜ ਦੀ ਜਾਂ 4 ਬੰਦਿਆਂ ਦੀ ਪਾਰਟੀ ਨਹੀਂ ਗੀ। ਇਸ ਨੂੰ ਪੰਜਾਬ ਦੇ ਲੋਕਾਂ ਨੇ ਆਪਣੇ ਪਸੀਨੇ ਨਾਲ, ਆਪਣੀ ਮਿਹਨਤ ਦੀ ਕਮਾਈ ਦੇ ਨਾਲ, ਆਪਣੇ ਜਜ਼ਬੇ ਨਾਲ ਔਰ ਜਹਾਜ਼ ਭਰ ਭਰ ਕੇ ਆਰ ਕੇ NRI ਨੇ ਇਹਨੂੰ ਸਿੰਜਿਆ ਵਾ। ਸੋ ਵੀ ਹੈਵ ਫੁੱਲ ਰਾਈਟ ਓਵਰ ਦਿਸ ਪਾਰਟੀ ਐਜ਼ ਮਚ ਐਜ਼ ਐਨੀ ਅਦਰ ਪਾਰਟੀ, ਐਨੀ ਅਦਰ ਪਰਸਨ ਹੈਜ਼ ਰਾਈਟ ਓਵਰ ਦਿਸ ਪਾਰਟੀ। ਨਹੀਂ ਮੈਂ ਕਿਹਾ ਕਿਹਾ ਜੀ, ਮੈਂ ਕਹਿੰਦਾ ਇਹ ਜਿਹੜੇ ਅਨਡੈਮੋਕ੍ਰੈਟਿਕ ਫੈਸਲੇ ਲੈਂਦੇ ਨਾ, ਇਹ ਉਹਦਾ ਰਿਵੋਲਟ ਆ। ਲੀਡਰ ਆਫ ਆਪੋਜੀਸ਼ਨ ਨੂੰ ਕਦੀ ਕਿਸੇ ਨੇ ਟੈਲੀਫੋਨ 'ਤੇ ਲਾਇਆ ਯਾਰ? ਤੁਸੀਂ ਦੇਖੋ ਨਾ, ਚੌਕੀਦਾਰ ਵੀ ਲਾਉਣਾ, ਦਰਜਾ 4 ਮੁਲਾਜ਼ਮ ਵੀ ਲਾਉਣਾ, ਉਹਨੂੰ 15 ਦਿਨ ਦੀ ਚਾਰਜਸ਼ੀਟ ਸਰਵ ਕੀਤੀ ਜਾਂਦੀ ਆ, ਸ਼ੋਅ ਕੌਜ਼ ਨੋਟਿਸ ਦਿੱਤਾ ਜਾਂਦਾ, ਆਪਾਂ ਟੈਲੀਫੋਨ 'ਤੇ ਲਾ ਰਹੇ। MLAs ਨੂੰ ਟਵੀਟ ਕਰਨ ਤੋਂ ਬਾਅਦ ਕਈ MLA ਨੂੰ ਪੁੱਛਿਆ ਗਿਆ, ਅਤੇ ਮੈਨੂੰ ਤਾਂ ਪੁੱਛਿਆ ਨਹੀਂ ਗਿਆ। ਮਾਸਟਰ ਬਲਦੇਵ ਸਿੰਘ ਜੈਤੋ ਦੇ MLA ਨੂੰ ਫੋਨ ਵੀ ਨਹੀਂ ਕੀਤਾ ਗਿਆ, ਇੱਕ ਚਿੱਠੀ ਭੇਜੀ ਜਾਂਦੀ ਵਟਸਐਪ 'ਤੇ, ਕਹਿੰਦੇ ਜੀ ਸਾਈਨ ਕਰਕੇ ਦਿੰਦੇ। ਇਸ ਦਿਸ ਦ ਵੇ ਡੈਮੋਕਰੈਟਿਕ ਪਾਰਟੀਜ਼ ਫੰਕਸ਼ਨ? ਇਸ ਦਿਸ ਦ ਵੇ, ਇਸ ਦਿਸ ਦੀ ਸਵਰਾਜ ਡਾਕੂਮੈਂਟ ਮਾਡਲ ਆਫ ਗਵਰਨੈਂਸ ਆਫ ਆਮ ਆਦਮੀ ਪਾਰਟੀ? ਇਸ ਲਈ ਅਸੀਂ ਅਸੂਲਾਂ ਦੇ ਉੱਤੇ ਉਹਨਾਂ ਦੇ ਨਾਲ ਲੜ ਰਹੇ ਹਾਂ, ਜਾਤੀ ਕੋਈ ਲੜਾਈ। MLA ਦੇ ਸਾਈਨ ਕਰਾਏ ਕਿੱਦਾਂ ਨਾ, ਕੀ MLAs ਦੀ ਮੀਟਿੰਗ ਨਹੀਂ ਬੁਲਾਈ ਜਾਣੀ ਚਾਹੀਦੀ ਸੀਗੀ? ਐਂ ਤਾਂ ਫਿਰ ਅਸੀਂ ਸੁਖਬੀਰ ਬਾਦਲ ਨੂੰ ਵੀ ਮਾਤ ਦੇ ਦਿੱਤੀ, ਉਹ SGPC ਦਾ ਪ੍ਰਧਾਨ ਦਾ ਨਾਮ ਲਿਫਾਫੇ 'ਚੋਂ ਕੱਢਦਾ ਵਾ, ਇਹਦਾ ਮਤਲਬ ਅਸੀਂ ਸੁਖਬੀਰ ਤੋਂ ਵੀ ਟੱਪ ਗਏ ਹਾਂ। ਅਸੀਂ ਉਹਦਾ ਮਜ਼ਾਕ ਉਡਾਉਂਦੇ ਸੀਗੇ ਮਿੰਟ ਕਿ ਅਸੀਂ ਲਿਫਾਫਾ ਕਲਚਰ ਦੇ ਖਿਲਾਫ ਹਾਂ। ਲਿਫਾਫਾ ਤਾਂ ਫਿਰ ਵੀ 200-300 ਕਿਲੋਮੀਟਰ ਚੱਲ ਕੇ ਜਾਂਦਾ ਸੀ, ਇਹ ਤਾਂ ਬਟਨ ਹੀ ਟੱਕ ਮਾਰਤਾ। ਵਿੱਚੋਂ 10 ਨੂੰ ਬੁਲਾਇਆ ਦਿੱਲੀ, 10 ਮਤਲਬ ਬਾਕੀ 10 ਨੂੰ ਬੁਲਾਇਆ, ਕਿਉਂ ਬੁਲਾਇਆ ਵੀ ਨਹੀਂ ਗਿਆ, ਇੱਕ ਗੱਲ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ 10 ਕਦੋਂ ਹੋਏ, ਉਹ 20 ਦੇ ਵਿੱਚੋਂ ਜਿਹੜੇ ਬਾਕੀ 10 ਸੀ, 10 ਨੂੰ ਪੁੱਛ ਲਿਆ, ਉਹਨਾਂ ਨੂੰ ਦੱਸਿਆ ਹੀ ਹੈ ਵੀ ਆਹ ਖੈਰੇ ਨੂੰ ਬਦਲਦਾ ਅਤੇ ਇਹਨੂੰ ਨਵੇਂ ਨੂੰ ਲਾ, ਇਤਲਾਹ ਕੀਤੀ ਹੈ। ਉਸ ਤੋਂ ਬਾਅਦ ਕੰਸੈਂਸਸ ਨਹੀਂ ਲਿਆ ਬਾਕੀ 8 ਨੂੰ, ਬਾਕੀ 1 ਮਿੰਟ, ਬਾਕੀ 10 'ਚੋਂ 8 ਨੂੰ, 2 ਨੂੰ ਤਾਂ ਫੋਨ ਨਹੀਂ ਆਏ, ਖਹਿਰਾ ਸਾਹਿਬ ਨੂੰ ਨਹੀਂ ਆਇਆ ਅਤੇ ਬਲਦੇਵ ਸਿੰਘ ਨੂੰ ਨਹੀਂ ਆਇਆ, ਬਾਕੀ 8 ਨੂੰ ਸਾਨੂੰ ਫੋਨ ਆਏ। ਫੋਨ ਉਦੋਂ ਆਏ ਜਦੋਂ ਟਵੀਟ ਹੋ ਗਿਆ ਸੀ, ਪਹਿਲਾਂ ਟਵੀਟ ਆ ਗਿਆ 3:30 ਵੀ ਖਹਿਰਾ ਸਾਹਿਬ ਨੂੰ ਲਾਤਾ ਅਤੇ ਦੂਜਾ ਲਾਤਾ। ਮੈਨੂੰ 4:05 'ਤੇ ਫੋਨ ਆਇਆ ਮਨੀਸ਼ ਜੀ ਦਾ, ਅੱਗੇ ਜੀ ਮਤੂ ਸਾਹਿਬ ਤੁਹਾਨੂੰ ਭੇਜਦਾ ਮੈਸੇਜ 'ਤੇ ਭੇਜਦਾ ਤੁਸੀਂ, ਹਾਂ ਤੁਸੀਂ ਉਹ 'ਤੇ ਗੈਸ ਕਰਕੇ ਭੇਜੋ। ਮੈਂ ਕਿਹਾ ਜੀ ਕੀ? ਕਹਿੰਦੇ ਵੀ ਖਹਿਰੇ ਨੂੰ ਲਾਤਾ
ਤੇ ਉਹਨੂੰ ਹਰਪਾਲ ਜੀ ਮੈਨੂੰ ਬਣਾਤਾ। ਮੈਂ ਜੀ ਕਿਉਂ? ਕਹਿੰਦੇ ਸਰ ਗਲਤੀ ਹੋ ਜਾਊਗਾ। ਮੈਂ ਕਿਹਾ ਜੀ ਮੈਂ ਤਾਂ ਲਿਖ ਕੇ ਭੇਜਦਾ ਕਿਤੇ। ਕਹਿੰਦੇ ਕਿਉਂ? ਮੈਂ ਜੀ ਮੈਂ ਰਾਇਦਾ ਕਰ ਲਾ ਆਪਦੇ ਵਲੰਟੀਅਰ ਆਉਣਾ ਆਪਦੇ ਵਰਕਰਾਂ ਨਾਲ ਵੀ ਯਾਰ ਆਪਾਂ ਆਹ ਫੈਸਲਾ ਲੈਣ ਗਏ ਪਾਰਟੀ ਨਹੀਂ ਰਾਜ ਮੰਗਾਉਣ ਵਾਲੀ ਗੱਲ ਹੀ ਨਹੀਂ ਕੋਈ ਨਾ ਡਰ ਗਈ ਨਾ ਨਾ ਡਰਦਾ ਕੋਈ ਮਤਲਬ। ਉਹ ਤੋਂ ਬਾਅਦ ਇੱਕ ਮਿੰਟ ਮੈਂ ਜਵਾਬ ਦੇ ਦਿਆਂ ਯਾਰ, ਇੱਕ ਮਿੰਟ ਗੱਲ ਸੁਣ ਜਵਾਬ ਦੇ। ਉਹ ਜਿਹੜੇ ਅੱਠ ਨੂੰ ਫੋਨ ਆਏ, ਦੂਰ ਤਾਂ ਆਈ ਨਹੀਂ ਨਾ, ਅੱਠ ਨੂੰ ਫੋਨ ਆਏ, ਅੱਠ 'ਚੋਂ ਮਤਲਬ ਘੱਟੋ ਘੱਟ 3-4 MLA ਨੂੰ ਇਹ ਕਿਹਾ ਗਿਆ ਕਰ ਦਿਓ ਦੱਸ ਕੇ ਤਾਂ ਫੈਸਲਾ ਸਾਡਾ। ਵਿਚਾਰੇ ਕਈ ਵਾਰੀ ਇਹ ਹੋ ਜਾਂਦਾ ਵੀ ਚਲੋ ਜਦੋਂ ਫੈਸਲਾ ਨਹੀਂ ਲੈ ਲਿਆ ਪਾਰਟੀ ਦੀ, ਪਾਰਟੀ ਨਹੀਂ ਅਸੀਂ ਸਾਰੇ ਪਾਰਟੀ ਦਾ ਹੁਕਮ ਮੰਨਦੇ ਹਾਂ, ਮੰਨਦੇ ਸੀ ਜੇ ਉੱਥੇ ਜਾ ਕੇ ਸਾਨੂੰ ਵੀਹ ਨੂੰ ਕਹਿ ਦਿੰਦੇ ਵੀ ਆਹ ਬਦਲਤਾ ਲਾ ਤਾਂ ਅਸੀਂ ਮਰ ਜਾਣਾ ਸੀ। ਸਾਨੂੰ ਤਾਂ ਰੋਸ ਇਸ ਗੱਲ ਦਾ ਵੀ ਸਾਨੂੰ ਬੁਲਾਇਆ ਵੀ ਨਹੀਂ ਗਿਆ, ਉੱਥੇ ਪੁੱਛਿਆ ਵੀ ਨਹੀਂ ਗਿਆ, ਟਵੀਟ ਕਰਕੇ ਫੈਸਲਾ ਕਰਕੇ ਫਿਰ ਦੱਸਿਆ ਗਿਆ ਵੀ ਫੈਸਲਾ ਕਰ ਪੁੱਛ ਰਹੇ ਸੀ ਮੋਰ ਸਾਹਿਬ। ਉਹ ਤੋਂ ਬਾਅਦ ਇੱਕ ਮਿੰਟ ਯਾਰ, ਛੇ MLA ਸੀ ਇਹੋ ਜਿਹਾ ਜਿਹਨੇ ਕੋਈ ਦੱਸ ਕੇ ਤਰੀਕੇ ਹਾਂ 6 MLA ਇਹੋ ਜਿਹਾ ਜਿਹਨੇ ਕੋਈ ਦੱਸ ਕੇ ਤਰੀਕੇ ਅਸੀਂ ਗੁਰਵੰਤ ਸਿੰਘ ਨੂੰ ਸਾਰੇ MLA ਇਕੱਠੇ ਹੋ ਕੇ ਮਿਲੇ ਪਿਛਲੇ ਦਿਨਾਂ ਦੇ ਵਿੱਚ। ਉਹ ਬਿਮਾਰ ਸੀ, ਸਿਹਤ ਖਰਾਬ ਹੈ, ਉਹਦਾ ਹਾਲ ਪੁੱਛਣ ਗਏ ਹੈ ਔਰ ਉਹਦੇ ਨਾਲ ਅਸੀਂ ਅੱਛੇ ਤਰੀਕੇ ਨਾਲ ਬੜੀ ਬਾਇਜ਼ ਤਰੀਕੇ ਨਾਲ ਗੱਲ ਕੀਤੀ ਹੈ ਔਰ ਮੇਰੀ ਸਭ ਨੂੰ ਇਹੀ ਅਪੀਲ ਹੈ, ਨਾ ਸਿਰਫ ਕੁਲਵੰਤ ਬਲਕਿ ਸਾਰੇ MLA ਨੂੰ ਕਿ ਮੈਂ ਤਾਂ ਲੀਡਰ ਆਫ ਓਪੋਜੀਸ਼ਨ ਬਣਨਾ ਨਹੀਂ ਗਾ, ਇਸ ਲਈ ਤੁਸੀਂ ਲੋਕਾਂ ਨੂੰ ਤੁਸੀਂ ਇੱਕ ਤਾਂ ਆਪਣੀ ਜ਼ਮੀਨ ਦੀ ਆਵਾਜ਼ ਸੁਣੋ, ਇੱਕ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੋ ਅਤੇ ਪੰਜਾਬ ਦੇ ਨਾਲ ਖੜੋ। ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਵਾ, ਠੀਕ ਹੈ ਟਿਕਟ ਸਾਨੂੰ ਉਹਨਾਂ ਨੇ ਦਿੱਤੀ ਮੰਨ ਲਿਆ ਸਭ ਕੁਛ ਕੀਤਾ, ਪਰੰਤੂ ਜੇ ਸਾਰੀਆਂ ਟਿਕਟਾਂ ਠੀਕ ਸੀ ਤਾਂ ਫਿਰ ਇਕੱਲੇ 20 MLA ਕਿਉਂ ਬਣੇ? ਫਿਰ ਉਹ ਜਿਹੜੇ ਬਾਕੀ 95 ਹਾਰ ਗਏ, ਦੈਟ ਮੀਨਜ਼ ਸਮਥਿੰਗ ਵੈਰੀ ਟੈਰਿਬਲੀ ਰੋਂਗ। ਇਸ ਲਈ ਅਸੀਂ 3-ਮੈਂਬਰੀ ਕਮੇਟੀ ਬਣਾਈ ਆ ਕਿ ਸਾਰੀ ਕੋਕ ਹੋ ਗਈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ। ਅੱਜ ਤੱਕ ਕਿਸੇ ਨੇ ਰਿਫਿਊ ਨਹੀਂ ਕੀਤਾ, ਕਦੀ ਦੇਖੀ ਕੋਈ ਪੋਲੀਟੀਕਲ ਪਾਰਟੀ ਐਡਾ ਵੱਡੀ ਹਾਰ ਹੋਈ ਹੋਵੇ ਅਤੇ ਕਦੀ ਮੀਟਿੰਗ ਦੇ ਵਿੱਚ ਕੋਈ ਬੁਲਾ ਕੇ ਕਾਰਨ ਵੀ ਨਾ ਪੁੱਛਿਆ ਅੱਜ ਤੱਕ। ਕੁਲਵੰਤ ਅੱਜ ਮੇਰੀ ਗੱਲ ਹੋਈ ਸੀ, ਉਹਨੇ ਆਖਿਆ ਮੈਂ ਆਉਣਾ ਸੀ, ਮੈਂ ਬਿਮਾਰ ਹੋ ਕੇ ਆ ਨਹੀਂ ਸਕਦਾ, ਕਮਾਰੂ ਸਾਹਿਬ ਮੇਰੀ ਹਾਜ਼ਰੀ ਲਵਾ ਦਿਓ ਅੱਜ ਦੇ ਪ੍ਰੋਗਰਾਮ। ਦੇਖੋ ਮੇਰੀ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਫਿਰ ਸਾਰਿਆਂ ਨੂੰ ਕਹਿੰਦਾ ਵਾਂ ਇਹ ਖੇਰੇ ਦਾ ਮਸਲਾ ਨਹੀਂ ਗਾ। ਉਹਨਾਂ ਨੂੰ ਮੇਰੇ ਨਾਲ ਈਰਖਾ ਵਾ, ਤੁਸੀਂ ਸਹੀ ਤਰੀਕੇ ਦੇ ਨਾਲ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੋ ਤੇ ਪੰਜਾਬ ਦੇ ਧਰਤੀ ਦੇ ਫੈਸਲੇ। ਅਲਟੀਮੇਟਲੀ ਸਭ ਨੂੰ ਆਉਣਾ ਪੈਣਾ, ਸਾਡੇ ਕਰਕੇ ਨਹੀਂ, ਲੋਕਾਂ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ, ਲੋਕਾਂ ਦੇ ਇੰਨੇ ਜ਼ਿਆਦਾ ਜਜ਼ਬਾਤ ਭੜਕੇ ਹੋਏ ਨੇ ਕਿ ਉਹਨਾਂ ਨੇ ਆਪ ਹੀ ਆਉਣਾ ਪੈਣਾ। ਉਹਨਾਂ ਫਿਰ ਕਿਤੇ ਮੇਰੀ ਧਮਕੀ ਨਾ ਸਮਝੋ। ਦੇਖੋ ਮੈਂ ਤੁਹਾਡੀ ਭਾਈ ਸਾਹਿਬ, ਮੈਂ ਅਸੀਂ ਨਾ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਅਸੀਂ ਰੈਫਰੈਂਡਮ 20-20 ਦੇ ਲਈ ਨਹੀਂ ਗਏ, ਅਸੀਂ ਕਿਸੇ ਤਰ੍ਹਾਂ ਦੇ ਉਹਦੇ ਸਪੋਰਟਰ ਨਹੀਂ ਗਏ, ਨਾ ਅਸੀਂ ਉਹਦੇ ਵਿੱਚ ਕੋਈ ਹਿੱਸਾ ਲੈਣ ਗਏ ਹਾਂ। ਵਿਦੇਸ਼ੀ ਸੋਇਲ ਦੇ ਉੱਤੇ ਰੈਫਰੈਂਡਮ 20-20 ਹੋ ਰਹੇ, ਪਰੰਤੂ ਜਿਹੜਾ ਮੇਰੇ ਖਿਲਾਫ਼ ਇੱਡਾ ਵੱਡਾ ਵਿਵਾਦ ਉਠਾਇਆ ਗਿਆ ਕਿ ਅਸੀਂ ਪੰਜਾਬ ਦੇ ਨਾਲ ਹੋਏ ਵਿਤਕਰੇ ਨੂੰ ਵੀ ਨਹੀਂ ਗਿਣਾ ਸਕਦੇ, ਅਸੀਂ ਸਿਰਫ ਮੈਂ ਗਿਣਾਇਆ ਵਾ ਕਿ ਜਦੋਂ ਸਾਰਾ ਦੇਸ਼ ਭਾਸ਼ਾ ਦੇ ਆਧਾਰ 'ਤੇ ਵੰਡਿਆ ਗਿਆ ਅਤੇ ਸਾਨੂੰ ਮੋਰਚਾ ਕਿਉਂ ਲਾਉਣਾ ਪਿਆ ਪੰਜਾਬ 'ਤੇ, ਪੰਜਾਬੀ ਸੂਬਾ ਲੈਣ ਵਾਸਤੇ ਸਾਡਾ ਪਾਣੀ ਕਿਉਂ ਖੋਇਆ ਗਿਆ? ਅੱਜ ਅਸੀਂ 1,00,000 ਕਰੋੜ ਦੇ ਕਰਜ਼ੇ ਜੀ ਕਿਸਾਨ ਹੋ ਗਏ, ਤਾਂ 16,00,000 ਕਰੋੜ ਦਾ ਤਾਂ ਪਾਣੀ ਇਕੱਲਾ ਰਾਜਸਥਾਨ ਨੂੰ ਚਲੇ ਗਿਆ, ਸਾਡੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਰਾਂ ਨੇ ਕੈਲਕੂਲੇਟ ਕੀਤਾ ਵਾ, ਫਿਰ ਸਾਡੇ ਦਰਬਾਰ ਸਾਹਿਬ 'ਤੇ, ਫਿਰ ਸਿੱਖਾਂ ਦਾ ਕਤਲੇਆਮ 34 ਸਾਲ ਇਹ ਦੁਨੀਆ ਇਹ ਭਾਰਤ 'ਤੇ ਧੱਬਾ ਵਾ,
ਕਿਸੇ ਇੱਕ ਵਿਅਕਤੀ ਤੇ ਪਾਰਟੀ ਤੇ ਨਹੀਂ ਗਾ, ਇਹ ਭਾਰਤ ਦੀ ਜਮਹੂਰੀਅਤ ਤੇ ਧੱਬਾ ਵਾ। 34 ਸਾਲ ਤੋਂ ਬਾਅਦ ਵੀ ਕੋਈ ਇਨਸਾਫ ਨਹੀਂ ਯਾਰੋ। ਇਸ ਲਈ ਜੇ ਅਸੀਂ ਵਿਤਕਰੇ ਗਣਾਉਂਦੇ ਹਾਂ ਤਾਂ ਉਹ ਕਹਿੰਦੇ ਜੀ ਇਹ ਦੇਸ਼ ਵਿਰੋਧੀ ਨੇ, ਇਹ ਅਖੰਡਤਾ ਤੇ ਏਕਤਾ ਦੇ ਉਲਟ ਹੈ। ਕਿਉਂ ਅਸੀਂ MLA ਨਹੀਂ ਬਣੇ? ਅਸੀਂ ਉਸੇ ਸੰਵਿਧਾਨ ਦੇ ਤਹਿਤ ਲੜੇ, ਅਸੀਂ ਉਸੇ ਸੰਵਿਧਾਨ ਦੀ ਸਹੁੰ ਖਾਧੀ, ਅਸੀਂ ਕਦਰ ਕਰਦੇ ਹਾਂ, ਪਰੰਤੂ ਪੰਜਾਬ ਦੇ ਹਿੱਤ ਦੀ ਗੱਲ ਕਿਉਂ ਨਾ ਕਰੀਏ? ਸੀ ਜਦੋਂ ਦਿੱਲੀ ਗਏ ਹੋ ਮਿਲਣ ਜੀ, ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਉਹ ਤੁਹਾਨੂੰ ਮਿਲੇ ਨਹੀਂ, ਨਿਊਜ਼ ਨਾ ਸਾਡੇ ਖਿਲਾਫ ਪਲਾਂਟ ਕਰਾਈ ਗਈ। ਇਹੀ ਲੋਕ ਨੇ ਜਿਹਨਾਂ ਨੇ ਸਾਡਾ ਅਤੇ ਦਿੱਲੀ ਦਾ ਪਾੜਾ, ਇਹ ਸ਼ਰਾਰਤ ਸੀ। ਕਿਉਂਕਿ ਅਸੀਂ ਇਹਨਾਂ ਨੂੰ ਪੁੱਛ ਲਓ, ਮੇਰੇ MLA ਸਾਹਮਣੇ ਬੈਠੇ TV ਆ, ਅਸੀਂ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਮੰਗਿਆ। ਅਸੀਂ ਤਾਂ ਧਰਨੇ 'ਚ ਗਏ ਸੀ, ਧਰਨਾ ਮੁੱਕ ਗਿਆ ਜਾਂਦਿਆਂ ਨੂੰ, ਜਿੱਦਾਂ ਅੱਜ ਰਾਤ ਪਹੁੰਚੇ ਹਾਂ। ਰਾਤੀ ਧਰਨਾ ਚੁੱਕਿਆ ਗਿਆ, ਸਾਰੇ MLA ਕਹਿੰਦੇ ਮਨੀਸ਼ ਸਿਸੋਦੀਆ ਨੂੰ ਮਿਲੋ, ਅਸੀਂ ਮਿਲ ਲਿਆ। ਕੇਜਰੀਵਾਲ ਦਾ ਟਵੀਟ ਵੀ ਆ ਗਿਆ ਸੀ ਜਦ ਨੂੰ ਕਿ ਮੇਰੀ ਸਿਹਤ ਨਹੀਂ ਠੀਕ, ਮੈਂ 8 ਦਿਨ ਪਤਾ ਨਹੀਂ ਧਰਨੇ 'ਤੇ ਰਹੇ ਹਾਂ, ਮੇਰੇ ਕੋਲ ਡਾਇਬਟਿਕ ਲੈਵਲ ਵਗੈਰਾ ਠੀਕ ਨਹੀਂ ਗਾ। ਉਹਨਾਂ ਨੇ ਆਪਣੀਆਂ ਅਪੁਆਇੰਟਮੈਂਟਸ ਕੈਂਸਲ ਕਰਤੀਆਂ, ਪਰ ਕਿਸੇ ਨੇ ਸ਼ਰਾਰਤ ਨੇ ਖਬਰ ਲਵਾਈ ਆ। ਚਿਹਰੇ ਨੂੰ ਕੇਜਰੀਵਾਲ ਨੇ ਮਿਲਣ ਤੋਂ ਨਾ ਕਰਤੀ। ਆਹ ਜਿਹੜੇ ਪੰਜਾਬ ਦੇ ਬਨੌਟੀ ਲੀਡਰ ਹੈ ਨਾ, ਇਹਨਾਂ ਦਾ ਕੰਮ ਹੀ ਇਹ ਹੈ, ਚੁਗਲੀਆਂ ਤੋਂ ਇਲਾਵਾ ਇਹਨਾਂ ਨੇ ਕੁਛ ਨਹੀਂ ਕੀਤਾ। ਪੰਜਾਬ ਦੇ ਲੋਕਾਂ ਦੀ ਲੜਾਈ ਨਹੀਂ ਲੜੀ, ਚੁਗਲੀਆਂ ਕੀਤੀਆਂ, ਚੁਗਲੀਆਂ ਕਰਕੇ 1900 ਕਰੋੜ ਤੇ ਪਹੁੰਚੇ ਸੀ। ਪਹਿਲਾਂ ਅਸੀਂ ਆਪਣਾ ਘਰ ਠੀਕ ਇਮੀਜੀਏਟਲੀ, ਸਾਡਾ ਇਹ ਮਨੋਰਥ ਆ ਕਿ ਜਿਹੜੇ ਸਾਡੇ ਵਲੰਟੀਅਰ ਪਾਰਟੀ ਦੀ ਨੀਤੀਆਂ ਤੋਂ ਮਾਯੂਸ ਹੋ ਕੇ ਘਰਾਂ 'ਚ ਬਹਿ ਗਏ ਸੀ, ਉਹ ਪਹਿਲਾਂ ਬਠਿੰਡੇ 'ਚ ਕੱਢੇ ਆ, ਹੁਣ ਅਸੀਂ ਹਰ ਜ਼ਿਲ੍ਹੇ 'ਚ ਕੱਢਾਂਗੇ। ਜਦੋਂ ਅਸੀਂ ਆਪਣਾ ਘਰ ਔਰਗਨਾਈਜ਼ ਕਰ ਲਿਆ, ਫਿਰ ਅਸੀਂ ਸਾਰੇ ਕੰਸੈਂਸਸ ਬਿਲਡ ਕਰਾਂਗੇ ਕਿ ਕਿਹੜੇ ਕਿਹੜੇ ਵਿਅਕਤੀ ਨਾਲ ਗੱਲ ਕਰਕੇ ਉਹਨਾਂ ਨੂੰ ਲੱਗ। ਮੈਨੂੰ ਮੇਰੀ PAC ਕਵੇਗੀ, ਸਾਡੀ ਪੋਲੀਟੀਕਲ ਅਫੇਅਰਸ ਕਮੇਟੀ, ਅਸੀਂ ਉਸ ਰਾਹ 'ਤੇ ਚੱਲਾਂਗੇ। ਗਾਂਧੀ ਜੀ ਬਹੁਤ ਅੱਛੇ ਆਦਮੀ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਵਾਂ। ਹਾਂ, ਹੁਣ ਅਸਲ ਵਿੱਚ ਕਹਾਣੀ ਕੀ ਆ, ਅਕਾਲੀ ਤਾਂ ਭੱਜ ਗਏ ਆਪਣੇ ਏਜੰਡੇ ਤੋਂ। ਅਸੀਂ ਪਹਿਲਾਂ ਆਮ ਆਦਮੀ ਤੋਂ ਖੁਦ ਮੁਖਤਿਆਰੀ ਲੈ ਲਈਏ, ਫਿਰ ਪੰਜਾਬ ਦੀ ਖੁਦ ਮੁਖਤਿਆਰੀ ਲੈਣੀ ਹੈ ਇਸ ਸਿਸਟਮ ਦੇ ਵਿੱਚ। ਜਿਹੜਾ GST ਲੱਗਿਆ ਵਾ, ਤੁਸੀਂ ਨਾ ਐਨਾਲਾਈਜ਼ ਨਹੀਂ ਕੀਤਾ ਧਿਆਨ ਨਾਲ। GST ਨੇ ਸਾਡੀ ਸਾਰੀ ਆਰਥਿਕ ਖੁਦ ਮੁਖਤਿਆਰੀ ਖੋਲੀ ਸਨ। ਟੋਟਲ ਸਕੀਮਾਂ, ਟੋਟਲ ਪੈਸਾ ਦਿੱਲੀਓਂ ਆ ਰਿਹਾ ਅਤੇ ਪੰਜਾਬ ਤਾਂ ਮਿਊਂਸੀਪੈਲਟੀ ਬਣ ਗਈ ਆ। ਤਾਂ ਉਹ ਮਨਪ੍ਰੀਤ ਸਿੰਘ ਬਾਦਲ ਰੋਜ਼ ਰੋਂਦੇ ਨੇ ਅਮਰਿੰਦਰ ਸਿੰਘ ਦਾ ਪੈਸਾ ਹੀ ਹੈ ਨਹੀਂ। ਪੈਸਾ ਕਿੱਥੋਂ ਆਊਗਾ ਜੇ ਸਾਡੇ ਕੋਲ ਖੁਦ ਮੁਖਤਿਆਰੀ ਹੈ ਨਹੀਂ? ਆਫਟਰ ਦਿਸ, ਵਾਂਸ ਵੀ ਆਰ ਇਨ ਆ ਪੋਜੀਸ਼ਨ, ਵੀ ਆਲ ਵਿਲ ਫਾਈਟ ਫੋਰ ਟਰੂ ਫੈਡਰਲਿਜ਼ਮ ਆਫ ਦਿਸ ਕੰਟਰੀ। ਉਹਦੇ 'ਚ ਵੀ ਨਵਜੋਤ ਸਿੰਘ ਸਿੱਧੂ ਅਤੇ ਜਿਵੇਂ ਪ੍ਰਗਟ ਸਿੰਘ ਹੁੰਦੇ ਸੀ, ਉਹਨਾਂ ਨੂੰ ਭਗਵੰਤ ਮਾਨ ਨੇ ਰੋਕਿਆ ਜੀ ਪਾਰਟੀ 'ਚ ਆਉਣ ਤੋਂ। ਉਹਨਾਂ ਸੰਬੰਧੀ ਜੋ ਕੁਛ ਵੀ ਭਗਵੰਤ ਮਾਨ ਸਾਹਿਬ ਨੂੰ, ਮੇਰੇ ਛੋਟਾ ਭਰਾ ਵਾ, ਮੈਂ ਬੜੀ ਇੱਜ਼ਤ ਕਰਦਾ ਉਹਨਾਂ ਦੀ, ਅੱਜ ਵੀ ਕਰਦਾ। ਜੋ ਉਹਨਾਂ ਨੇ ਕਹਿਤਾ ਉਹਨਾਂ ਨੂੰ ਮੁਬਾਰਕ। ਮੈਂ ਤੂੰ ਮੈਮੇ 'ਚ ਨਹੀਂ ਪੈਣਾ ਚਾਹੁੰਦਾ। ਮੈਂ ਅੰਗਰੇਜ਼ੀ 'ਚ ਕਹਿੰਦੇ ਆਈ ਡੋ ਨੋਟ ਵਾਂਟ ਟੂ ਵਾਸ਼ ਡਰਟੀ ਲਿਨਨ ਇਨ ਪਬਲਿਕ। ਉਹਨਾਂ ਨੇ ਜੋ ਕਿਹਾ ਇਹ ਤੁਸੀਂ ਉਹਨਾਂ ਨੂੰ ਪੁੱਛਣਾ ਪਊਗੀ, ਉਹਨਾਂ ਨੇ ਕਿਉਂ ਕਿਹਾ, ਕੀ ਗੱਲ ਸੀ। ਉਹਨਾਂ ਨੇ ਕਿਹਾ ਵੀ ਪਾਰਟੀ ਦਾ, ਇਹ ਬੜਾ ਇੰਪੋਰਟੈਂਟ ਸਵਾਲ ਉਠਾਇਆ ਤੁਸੀਂ, ਕਿ ਇਹ ਵੀ ਲੋਕਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਨੂੰ ਹਟਾਉਣ ਦੇ ਪਿੱਛੇ ਕਾਂਗਰਸ ਦੀ ਸ਼ਰਤ ਸੀਗੀ, ਕਿਉਂਕਿ ਕਾਂਗਰਸ ਦੇ ਨਾਲ ਸੰਧੀ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਰ ਰਹੀ ਹੈ ਭਗਵੰਤ ਸਿੰਘ ਮਾਨ, ਔਰ ਦਿੱਲੀ ਦੇ ਲੀਡਰਸ਼ਿਪ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ, ਕਿਉਂਕਿ ਮਈ 'ਚ ਵੀ ਗੱਲ ਆ ਜਾਣੀ ਅਤੇ ਦਸੰਬਰ 'ਚ ਇਲੈਕਸ਼ਨ ਆ ਗਈ ਅਤੇ ਨਵੰਬਰ 'ਚ ਵੀ ਆ ਜਾਣੀ ਹੈ। ਦੱਸਣ ਲੋਕਾਂ ਨੂੰ ਕਿ ਕੀ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤਾ ਹੋਇਆ, ਅਗਰ ਜੇ ਹੋਇਆ ਵਾ ਕਿੰਨੀਆਂ ਸੀਟਾਂ ਨੇ? ਅਗਰ ਫਰਜ਼ ਕਰੋ 2 ਸੀਟਾਂ ਨੇ, ਕਿਉਂਕਿ ਜਿਹੜਾ ਸੁਣ ਰਹੇ ਹਾਂ ਅਸੀਂ, 2 ਸੀਟਾਂ ਤੋਂ ਇਹਦਾ ਮਤਲਬ 11 ਸੀਟਾਂ ਦੇ ਉੱਤੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ 5 ਦਾ ਬਟਨ ਦਬਾਉਣਗੇ? ਕੀ ਇੱਕ ਸੂਬੇ ਦੀ ਰਾਜਨੀਤੀ ਨੂੰ ਕਾਇਮ ਰੱਖਣ ਲਈ, ਸਰਕਾਰ ਨੂੰ ਕਾਇਮ ਰੱਖਣ ਲਈ ਤੁਸੀਂ ਸਾਰਾ ਆਪਣਾ ਜਿਹੜਾ ਕੇਡਰ ਹੈਗਾ ਪੰਜਾਬ ਦੇ ਵਿੱਚ ਉਸਨੂੰ
ਕੁਰਬਾਨ ਕਰ ਦਿਓਗੇ? ਇਹ ਇੰਪੋਰਟੈਂਟ ਇਸ਼ੂ, ਬਹੁਤ ਇੰਪੋਰਟੈਂਟ ਇਸ਼ੂ। ਭਗਵਾਨ ਮਾਨ ਨੂੰ ਇੱਕ ਬੇਨਤੀ ਮੇਰੀ ਜ਼ਰੂਰ ਹੈ, ਅੱਜ ਉਹ ਕਰ ਰਹੇ ਨੇ ਵਜਾਹਤ ਕਰ ਰਹੇ ਨੇ, ਉਹਨਾਂ ਦਾ ਝੰਡਾ ਚੁੱਕ ਕੇ ਬਹੁਤ ਸਾਨੂੰ ਵੀ ਮੰਦਾ ਮੰਦੇ ਸ਼ਬਦ ਕਹੇ, ਥਾਂ ਥਾਂ 'ਤੇ ਕਹਿ ਰਹੇ ਨੇ ਕਿ ਦਿੱਲੀ ਦੇ ਹੁਕਮ ਤੋਂ ਬਾਹਰ ਨਹੀਂ, ਅਸੀਂ ਡਿਸਿਪਲਿਨ ਦੇ ਅੰਦਰ ਹਾਂ। ਪਹਿਲਾਂ ਦੱਸਣ ਕਿ ਉਹ ਮਾਫ਼ੀ ਦੇ ਖੜੇ ਕਿ ਨਹੀਂ ਖੜੇ, ਅਸਤੀਫੇ ਦੇ ਖੜੇ ਕਿ ਨਹੀਂ ਖੜੇ। ਇਹ ਹੁਣ ਜਦੋਂ ਸਮਾਂ ਆਊਗਾ ਨਾ, ਦੇਖੋ ਜੇ ਲੋਕ ਝੰਡੇ ਪਹੁੰਚ ਸਕਦੇ ਆਪ ਮੁਹਾਰੇ, ਉਹ ਲੋਕ ਸਭਾ ਵੀ ਲੜ ਸਕਦੇ। ਕਿਉਂ ਜ਼ਰੂਰੀ ਆ ਕਿ NDA ਅਤੇ UPA ਅਸੀਂ ਲਿਜਾ ਹੀ ਉੱਧਰ ਨੂੰ ਰਹੇ ਹਾਂ, ਪਾਰਟੀ ਨੂੰ ਮਜ਼ਬੂਤੀ ਵਾਲੇ ਪਾਸੇ ਨੂੰ ਹੀ, ਅਸੀਂ ਮਜ਼ਬੂਤੀ ਵਾਲੇ ਪਾਸੇ ਨੂੰ, ਅਸੀਂ ਗੁਲਾਮੀ ਤੋਂ ਹਟਾ ਰਹੇ ਹਾਂ ਔਰ ਇੱਕ ਨਵਾਂ ਪੰਜਾਬ ਦੇ ਵਿੱਚ ਤੀਸਰਾ ਬਦਲ, ਜਿਹੜਾ ਦਹਾਕਿਆਂ ਤੋਂ ਲੋਕ ਉਡੀਕ ਰਹੇ, ਸਿਮਰਜੀਤ ਮਾਨ ਦੇ 89 ਤੋਂ ਲੈ ਕੇ ਅੱਜ ਤੱਕ ਉਡੀਕ ਰਹੇ। ਕੋਈ ਆਊਗਾ, ਕੋਈ ਸਾਨੂੰ ਅੱਛੀ ਕੋਈ ਆਫਰ ਕਰੂਗਾ ਜੇ, ਉਹਦੇ ਬਾਰੇ ਗੌਰ ਕਰ ਲਾਂਗੇ। ਖਹਿਰਾ ਸਾਹਿਬ, ਭਗਵੰਤ ਮਾਨ ਨੇ ਕਿਹਾ ਵੀ ਖਹਿਰਾ ਸਾਹਿਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਉਂਕਿ ਮਾਲਵੇ ਦੇ ਲੋਕ ਭਾਵੁਕ ਨੇ, ਇਸ ਲਈ ਉਹਨਾਂ ਨੇ ਜਿਹੜੀ ਕਾਨਫਰੰਸ ਆ ਉਹ ਠੰਡੇ ਕੀਤੀ। ਮਤਲਬ ਜੋ ਵੀ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਦੇ ਰਹੇ ਨੇ ਪਹਿਲਾਂ, ਮੈਂ ਕਿਸੇ ਦੇ ਜਜ਼ਬਾਤ ਨਾਲ ਨਹੀਂ ਖੇਡ ਰਿਹਾ, ਮੈਂ ਕੇਵਲ ਤੇ ਕੇਵਲ ਪੰਜਾਬ ਦੀ ਗੱਲ ਕਰ ਰਿਹਾ, ਖੁਦ ਮੁਖਤਿਆਰੀ ਦੀ ਗੱਲ ਕਰ ਰਿਹਾ। ਕੇਜਰੀਵਾਲ ਦੇ ਹੱਕ 'ਚ ਡਟੇ ਭਗਵੰਤ ਮਾਨ ਨੂੰ ਹੁਣ ਇਲਜ਼ਾਮਬਾਜ਼ੀਆਂ ਤੋਂ ਹਟ ਕੇ ਖਹਿਰਾ ਨੂੰ ਮਨਾਉਣ ਦੀ ਚਾਰਾਜੋਈ ਕਰਨੀ ਪੈ ਸਕਦੀ ਹੈ, ਕਿਉਂਕਿ ਸਿਆਸਤ 'ਚ ਨਾ ਤਾਂ ਕੋਈ ਪੱਕਾ ਦੋਸਤ ਹੁੰਦਾ ਅਤੇ ਨਾ ਹੀ ਦੁਸ਼ਮਣ। ਸੋ ਸਿਆਸਤ ਨਾਲ ਜੁੜੀ ਹਰ ਖਬਰ ਤੇ ਅਪਡੇਟ ਰਹਿਣ ਲਈ ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਧੰਨਵਾਦ।